ਜਿੱਥੇ ਮੇਰੇ ਸੁੰਨੀ ਭਾਈ ਬੈਠੇ ਹੋ ਮਿਹਰਬਾਨੀ ਤੁਹਾਡੀ, ਜਿਹੜੇ ਨਹੀਂ ਆਏ ਨਾ ਆਓ, ਮਗਰ ਧੜਕੇ ਦਿਲ ਤੋਂ ਆਤੀ ਹੈ ਸਦਾ ਯਾ ਹੁਸੈਨ ਜੀ। ਆਪਣੇ ਘਰ ਕੇ ਬਾਬਲ ਹਵਾਈ ਦਾ ਅਲਮ ਪਾਕ ਲਾਓ ਤੇ ਭਾਵੇਂ ਨਾ ਲਾਓ, ਮਗਰ ਧੜਕੇ ਦਿਲ ਤੋਂ ਆਤੀ ਹੈ ਸਦਾ ਯਾ ਹੁਸੈਨ ਯਾ ਹੁਸੈਨ ਜੀ। ਬਾਬਲ ਹਵਾਈ ਦੀ ਹਾਜ਼ਰੀ ਪਕਾਓ ਤੇ ਭਾਵੇਂ ਨਾ ਪਕਾਓ, ਮਗਰ ਧੜਕੇ ਦਿਲ ਤੋਂ ਆਤੀ ਹੈ ਸਦਾ ਯਾ ਹੁਸੈਨ ਯਾ ਹੁਸੈਨ ਜੀ। ਮਿਸਰਾ ਨਵਾਂ ਪੜਨ ਲਗਾ, ਧੜਕੇ ਦਿਲ ਤੋਂ ਆਤੀ ਹੈ ਸਦਾ ਯਾ ਹੁਸੈਨ। ਪੂਰੀ ਜ਼ਿੰਮੇਦਾਰੀ ਸੀ, ਮੈਂ ਫਿਕਰਾ ਕਹਿਣ ਲੱਗਾ ਔਰ ਮੈਂ ਖੁਦ ਜ਼ਿੰਮੇਦਾਰ ਹਾਂ। ਮੇਰੇ ਸ਼ੀਆ ਸੁਨੀ ਭਾਈਓ, ਹੁਸੈਨ ਉਹ ਬਾਦਸ਼ਾਹ ਹੈ ਜਿਹੜਾ ਜ਼ਮੀਨ ਤੇ ਖੱਟ ਖੱਟ ਤੇ ਮੁਹੰਮਦ ਦੇ ਸੀਨੇ ਤੇ ਜ਼ਿਆਦਾ ਠੱਕ। ਅਲਮ ਨਸ਼ਰਾ ਲਕਾ ਸਤਰਾ ਤੂੰ ਹੁਸੈਨ ਨੂੰ ਸੋਚ ਲੈ ਨਾ 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 ਕੈਸੇ ਕੋਈ ਹਮਸਰੀ ਕਰੇ। ਬਿਸਮਿਲਲਾ 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 ਬਾਬਾ ਦੇ ਬਰੰਦੇ ਸਰਵਰ ਬਹੁਤ ਬੜੀ ਇਲਮੀ ਸ਼ਖਸੀਅਤ, ਬਹੁਤ ਜਿਤਨੇ ਬੜੇ ਆਲਿਮ ਉਸ ਤੋਂ ਅੱਛੇ ਇਨਸਾਨ ਸਨ। ਇਜਾਜ਼ਤ ਹੋ ਥੋੜਾ ਸਾ ਕੁਛ ਕੁਛ ਮਾਲਿਕਾ ਤੋਂ ਸਲਾਮਤ ਰੱਖੇ। ਮੈਂ ਗੁਜ਼ਾਰਿਸ਼ ਕਰ ਰਿਹਾ ਥਾ ਕੈਸੇ ਕੋਈ ਹਮਸਰੀ ਕਰੇ ਫਾਤਿਮਾ। ਮੇਰੀ ਪਾਕ ਬੀਬੀ ਦਾ ਕਰਮ ਔਰ ਜਿਹੜੀ ਮੈਂ ਆਪਣੇ ਵਾਲਦੇਵ ਦੀ ਖਿਦਮਤ ਕੀਤੀ ਉਸਦਾ ਸਿਲਸਿਲਾ ਸਭ ਦਾ ਤੋਂ ਫਿਰ ਬਣਾ ਮੈਂ ਸਾਡਾ ਵੀ ਪ੍ਰੋਗਰਾਮ ਹੈ ਫਿਰ ਬਣਾ ਅਚਾਨਕ ਦਾ ਪ੍ਰੋਗਰਾਮ ਹੈ ਪੂਰੀ ਤਾਕਤ ਨਾਲ ਬਾਜ਼ੂ ਬੁਲੰਦ ਕਰਕੇ ਹੈ ਤੋ ਰਸੂਲ ਹੈ ਹੁਸੈਨ।
عدل کی ہے انتہا جہاں وہاں ہے ابتدا حسین کی میرے والد گرامی ڈاکٹر اشرف حسین جی شہید اس دار فانی سے منتقل ہوئے قبرستان لے کے جنازہ ہویا قبر لٹایا تلخین پڑی دفن کیتا رات کو آ کے کسی نماز دہشت پڑی کسی نہ پڑی جتنا جتنا تعلق ذکر کی قسم میں دو دفعہ میرے خواب میرے ذرا فری ہم فری دوستی ہے اور میں حد نو پار نہیں کیتا اتنا میرے خواب میں کیا پتہ تو ڈر گیا سب تو کچھ ڈر گیا میں کہ جی منتقل ہو گئے اور میں کہ جا کام کر سائیں نے اتنے بلا لیا سائیں نے بلا لیا میں شرانے مسکرا لگ پہ